ਆਖਰਕਾਰ ਪੰਜਾਬ ਦੇ ਲੋਕਾਂ ਦੇ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਆਪਣੇ ਪ੍ਰਾਈਵੇਟ ਫਾਰਮ ਹਾਊਸ ਚੋਂ ਐਸ਼ੋਰਾਮ ਦੀ ਜ਼ਿੰਦਗੀ ਛੱਡ ਕੇ ਥੋੜੇ ਜਿਹਾ ਲੋਕਾਂ ਨੂੰ ਮਿਲਣ ਵਾਸਤੇ ਬਾਹਰ ਨਿਕਲੇ ਅੱਜ ਉਹ ਹੈਲੀਕਾਪਟਰ ਦੇ ਵਿੱਚ ਬੈਠ ਕੇ ਤਰਨ ਤਰਨ ਗਏ ਜਿੱਥੇ ਕਿ ਉਹਨਾਂ ਨੇ ਉਹਨਾਂ ਲੋਕਾਂ ਨਾਲ ਮੁਲਾਕਾਤ ਕੀਤੀ ਜਿਹੜੇ ਮੌਤ ਦਾ ਸ਼ਿਕਾਰ ਹੋ ਗਏ ਉਹਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਔਰ ਕਾਂਗਰਸ ਦਾ ਜਿਹੜਾ ਮਾਫੀਆ ਹੈ ਜਿਹਨੇ ਜ਼ਹਿਰਾਂ ਬੰਡੀਆਂ ਮਾਝੇ ਦੀ ਧਰਤੀ 'ਚ ਤੇ ਲਾਸ਼ਾਂ ਦੇ ਬਾਰ ਲੱਗ ਗਏ ਹਜੇ ਵੀ ਮੌਤਾਂ ਵੱਧ ਰਹੀਆਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਦੇ ਵਿੱਚ ਕੀ ਸੀਗਾ 2 ਲੱਖ ਰੁਪਏ ਨੂੰ ਵਧਾ ਕੇ 5 ਲੱਖ ਕਰਦਾ ਜੀ ਬਾਕੀ ਇਹਨਾਂ ਨੂੰ ਜਿਹੜਾ ਸਿਹਤ ਬੀਮਾ ਕਰਾਂਗੇ ਜੀ ਤੇ ਬਾਕੀ ਜਿਹੜੇ ਜਿਨ੍ਹਾਂ ਨੂੰ ਪਰਿਵਾਰ ਨੂੰ ਪੈਨਸ਼ਨ ਨਹੀਂ ਮਿਲਦੀ ਉਹਨਾਂ ਨੂੰ ਵੀ ਪੈਨਸ਼ਨ ਦੇ ਅੰਡਰ ਲੈ ਕੇ ਆਵਾਂਗੇ ਮੁਆਵਜ਼ੇ ਦੀ ਗੱਲ ਚਾਹੇ ਤੁਸੀਂ ਜਿੰਨਾ ਮਰਜ਼ੀ ਦੇ ਦਿਓ ਕੋਈ ਕਿਸੇ ਦਾ ਜੀ ਨਹੀਂ ਵਾਪਸ ਆਉਂਦਾ ਉਹਦੇ ਨਾਲ ਅਸਲ 'ਚ ਮੁਆਵਜ਼ੇ ਨਾਲੋਂ ਜ਼ਿਆਦਾ ਜ਼ਰੂਰੀ ਤੇ ਅਹਿਮ ਗੱਲ ਹੈ ਕਿ ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲੂਗੀ ਭਵਿੱਖ ਦੇ ਵਿੱਚ ਇਹੋ ਜਿਹੇ ਮੌਤ ਦੇ ਤਾंडਵ ਨਾ ਹੋਣ ਉਹਦੇ ਵਾਸਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲੂਗੀ ਤੁਸੀਂ ਆਪ ਹੀ ਕਹੇ ਮੁੱਖ ਮੰਤਰੀ ਸਾਹਿਬ ਕਿ ਇਹ ਮੌਤਾਂ ਨਹੀਂ ਹੈਗੀਆਂ ਇਹ ਪਲਾਨਡ ਮਰਡਰ ਨੇ ਸੋਚੇ ਸਮਝੇ ਕਤਲ ਨੇ ਤੇ 302 ਦਾ ਪਰਚਾ ਕਦੋਂ ਦਿਓਗੇ ਤੁਸੀਂ 2 ਦਿਨ ਲੈ ਸੀ ਅੱਜ ਤੀਜਾ ਦਿਨ ਹੋ ਗਿਆ ਤੇ ਤੁਸੀਂ ਇਹ ਵੀ ਕਿਹਾ ਕਿ ਮੈਂ ਕਿਸੇ ਨੂੰ ਬਖਸ਼ਾਂਗਾ ਨਹੀਂ ਤੇ ਜਿਹੜੇ ਨਸ਼ਾ ਵੇਚ ਰਹੇ ਨੇ ਉਹਨਾਂ ਦੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੁਰਕ ਕਰਾਂਗੇ 4 ਸਾਲ ਹੋ ਗਏ ਜੀ ਗੁਟਕਾ ਸਾਹ ਹੱਥ ਚ ਫੜ ਕੇ ਤੁਸੀਂ ਵਾਦਾ ਕੀਤਾ ਸੀ ਲੋਕਾਂ ਨਾਲ 4 ਹਫ਼ਤੇ ਮੰਗੇ ਸੀ 4 ਸਾਲ ਹੋ ਗਏ ਕਿੰਨਿਆਂ ਕਿ ਤੀ ਹੁਣ ਤੱਕ ਤੁਸੀਂ ਜਾਇਦਾਦਾਂ ਦੀ ਕੁਰਕੀ ਕੀਤੀ ਐ ਕਿਹੜੇ ਨਸ਼ਿਆਂ ਦਾ ਲੱਕ ਤੋੜਿਆ ਸਗੋਂ ਤੁਹਾਡੇ ਆਪ ਦੇ ਐਮਐਲਿਆਂ ਦੇ ਨਾਂ ਮਾਰੇ ਨੇ ਸਿਰਫ ਤੁਹਾਨੂੰ ਨਹੀਂ ਪਤਾ ਪੰਜਾਬ ਚ ਹਰ ਬੱਚੇ-ਬੱਚੇ ਨੂੰ ਪਤਾ ਹੈ ਕਿ ਜਿਹੜਾ ਮਾਫੀਆ ਹੈ ਉਹਨੂੰ ਕੌਣ ਚਲਾ ਰਿਹਾ ਹੈ ਤੇ ਹੁਣ ਤੁਸੀਂ ਛਾਪਾ ਮਾਰ ਮੈਂਮ ਕਰਤੀ ਕਾ ਕ ਕਿ ਇੱਥੋਂ ਇੰਨੇ ਲੀਟਰ ਨਜਾਇਜ਼ ਸ਼ਰਾਬ ਫੜ ਲਈ ਅਸਲ ਦੇ ਵਿੱਚ ਜਿਹੜੀ ਸ਼ਰਾਬ ਨਾਲ ਉਹ ਮਰੇ ਨੇ ਉਹ ਤਾਂ ਡਿਸਟਿਲਰੀ ਚੋਂ ਆਈ ਹੈ ਉਹ ਡਿਸਟਿਲਰੀ ਕਿਹੜੀਆਂ ਨੇ ਇਹ ਤੁਹਾਨੂੰ ਸਾਰਾ ਪਤਾ ਹੈ ਸੋ ਕਿਰਪਾ ਕਰਕੇ ਇਹਨੂੰ ਜਾਂਚ ਨੂੰ ੜਕਾਉਣ ਦੀ ਕੋਸ਼ਿਸ਼ ਨਾ ਕਰੋ ਇੱਧਰ ਉੱਧਰ ਜੋ ਐਕਸ਼ਨ ਲੈਣਾ ਹੈ ਜਲਦੀ ਲੋ ਤੁਸੀਂ ਦੇਖ ਲਿਆ ਹੋਣਾ ਹਾਲਾਂਕਿ ਤੁਸੀਂ ਤਾਂ ਬਹੁਤ ਦੂਰੋਂ ਮਿਲਿਓ ਅਸੀਂ ਤਾਂ ਜਾ ਕੇ ਆਏ ਹਾਂ ਅਸੀਂ ਤਾਂ ਲੋਕਾਂ ਨੂੰ ਮਿਲ ਕੇ ਆਏ ਆਂ ਕੋਲ ਬਹਿ ਕੇ ਕਿਵੇਂ ਉੱਥੇ ਬਿਰਲਾਪ ਹੋ ਰਹੇ ਨੇ ਤੇ ਤੁਸੀਂ ਬੜਾ ਵਧੀਆ ਰੈੱਡ ਕਾਰਪੇਟਾਂ 'ਚ ਵਿਛਾ ਕੇ ਏਸੀ ਲਾਏ ਹੋਏ ਸੀ ਪੋਰਟੇਬਲ ਚਲੋ ਇਸੇ ਬਹਾਨੇ ਗਰੀਬ ਵੀ ਘੰਟਾ ਦਾ ਘੰਟਾ ਏਸੀ ਦੀ ਠੰਡੀ ਹਵਾ 'ਚ ਬੈ ਕੇ ਹੋਣਗੇ ਸੋ ਜਿਹੜੀ ਰਾਜਾ ਸ਼ਾਹੀ ਹੈ ਇਹ ਜਿਹੜੀ ਹੈ ਇਹ ਤੁਹਾਨੂੰ ਛੱਡਣੀ ਪਊਗੀ ਹੁਣ ਤਾਂ ਬਹੁਤ देर ਕਰਦੀ ਹਜ਼ੂਰ ਆਤੇ ਆਤੇ ਜੇ ਕਿਸੇ ਮੁੱਖ ਮੰਤਰੀ ਨੂੰ ਘਰੋਂ ਬਾਹਰ ਕੱਢਣ ਵਾਸਤੇ ਵਿਰੋਧੀ ਧਿਰ ਨੂੰ ਧਰਨੇ ਦੇਣੇ ਪੈਣ ਗ੍ਰਿਫਤਾਰੀਆਂ ਦੇਣੀਆਂ ਪੈਣੇ ਤੋਂ ਬਾਅਦ ਸ਼ਰਮ ਨਾਲ ਗੱਲ ਨਹੀਂ ਹੋ ਸਕਦੀ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਜਿਹੜਾ ਹੁੰਦਾ ਉਹ ਕੱਲਾ ਮੁੱਖ ਮੰਤਰੀ ਨਹੀਂ ਹੁੰਦਾ ਉਹ ਉਹ ਸੂਬੇ ਦੇ ਸਾਰੇ ਨਾਗਰਿਕਾਂ ਦਾ ਦੁੱਖ ਮੰਤਰੀ ਵੀ ਹੁੰਦਾ ਉਹਨਾਂ ਦੇ ਦੁੱਖਾਂ ਨੂੰ ਸੁਣਨਾ ਤੇ ਉਹਨਾਂ ਦੇ ਦੁੱਖਾਂ ਦਾ ਇਲਾਜ ਕਰਨਾ ਵੀ ਉਹਦਾ ਫਰਜ਼ ਹੁੰਦਾ। ਸੋ ਤੁਹਾਡਾ ਇਸ ਤਰ੍ਹਾਂ ਬਾਹਰ ਨਿਕਲ ਕੇ ਘੰਟੇਕ ਵਾਸਤੇ ਹੈਲੀਕਾਪਟਰ ਤੇ ਫਿਰ ਦੁਬਾਰਾ ਉਸੇ ਫਾਰਮ ਹਾਊਸ ਦੇ ਵਿੱਚ ਵਾਪਸ ਚਲੇ ਜਾਣਾ ਹਾਂ ਮੈਂ ਐ ਕਰ ਦੂੰਗਾ ਮੈਂ ਕਰ ਦੂੰਗਾ ਲੋਕਾਂ ਨੂੰ ਤੁਹਾਡੇ ਤੋਂ ਕੋਈ ਉਮੀਦ ਨਹੀਂ। ਪਰ ਜੇ ਥੋੜੀ ਬਹੁਤ ਤੁਹਾਡੇ 'ਚ ਜ਼ਮੀਰ ਜਾਂ ਕੋਈ ਬਚੀ ਹੈ ਥੋੜੀ ਬਹੁਤ ਇਸ ਤਰ੍ਹਾਂ ਦੀ ਲੱਜ ਤਾ ਕਿਰਪਾ ਕਰਕੇ ਇਮੀਡੀਏਟਲੀ ਐਕਸ਼ਨ ਲੈ ਕੇ ਤਿੰਨ ਦਾ 302 ਦੇ ਪਰਚੇ ਆਪਦੇ ਐਮਐਲਏਾਂ ਤੇ ਕਰੋ ਤੇ ਜਿਨ੍ਹਾਂ ਨੇ ਇਹ ਇਹ ਸਾਜ਼ਿਸ਼ਾਂ ਕੀਤੀਆਂ ਨੇ ਉਹਨਾਂ ਤੇ ਕਰੋ ਦੋ ਚਾਰ ਅਫਸਰਾਂ ਤੇ ਗਾਜ ਡਿੱਗਣ ਨਾਲ ਫਰਕ ਨਹੀਂ ਪੈਣਾ ਤੁਹਾਡੇ ਆਪਦੇ ਰਾਜ ਸਭਾ ਦੇ ਐਮਪੀ ਵੀ ਇਹ ਕਹਿ ਰਹੇ ਨੇ ਕਿ ਇਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਆਮ ਆਦਮੀ ਪਾਰਟੀ ਛੇਤੀ ਛੇਤੀ ਇਹ ਇਹ ਤੁਹਾਨੂੰ ਇਸ ਤਰ੍ਹਾਂ ਬਚ ਕੇ ਲੰਘਣ ਨਹੀਂ ਦੇਊਗੀ ਅਸੀਂ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਕਿਤੇ ਵੀ ਪੰਜਾਬ ਦੇ ਵਿੱਚ ਜ਼ੁਲਮ ਹੋਵੇ ਉਹਦਾ ਇਨਸਾਫ ਨਹੀਂ ਮਿਲਦਾ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵਿਰੋਧ ਕਰਦੀ ਰਹੂ ਭਾਵੇਂ ਸੜਕਾਂ ਤੇ ਹੋਵੇ ਭਾਵੇਂ ਵਿਧਾਨ ਸਭਾ 'ਚ ਹੋਵੇ ਭਾਵੇਂ ਪਾਰਲੀਮੈਂਟ 'ਚ ਹੋਵੇ